ਖੇਤਾਂ ਨੂੰ ਕੀਤਾ ਜਾ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਕਾਫੀ ਜਿਹੜੀ ਗਰਮੀ ਹੈ ਉਹਦਾ ਪ੍ਰਕੋਪ ਵੀ ਵੱਧ ਗਿਆ ਤੇ ਪੇੜ ਦੀ ਕਟਾਈ ਵੀ ਬਹੁਤ ਹੋ ਰਹੀ ਹੈ। ਪਿੱਛੇ ਸਾਡੀ ਮੀਟਿੰਗ ਜਿਹੜੀ ਹੋਈ ਸੀ ਸੀਐਮ ਸਾਹਿਬ ਨੇ ਲਈ ਸੀ ਇਹਦੇ ਇਨਵਾਇਰਮੈਂਟ ਤੇ ਔਰ ਇਹਦੇ ਤੇ ਵਾਟਰ ਰਿਸੋਰਸ ਦੇ ਉੱਪਰ, ਦੋਵੇਂ ਬੜੀਆਂ ਖਤਰਨਾਕ ਹੱਦ ਤੱਕ ਪਹੁੰਚ ਗਿਆ ਗਰਮੀ ਤੇ ਔਰ ਪਾਣੀ ਜਿਹੜਾ ਪੰਜਾਬ ਦੇ ਵਿੱਚ ਬਚਾਉਣ ਦੀ ਜਾਂ ਵਾਤਾਵਰਨ ਬਚਾਉਣ ਦੀ ਇਹ ਸਭ ਤੋਂ ਵੱਡੀ ਸਾਡੀ ਮੇਨ ਪ੍ਰਾਇਓਰਿਟੀ ਹੈ। ਉਹਦੇ ਵਿੱਚ ਜਿਹੜੇ ਬੱਚਿਆਂ ਨੂੰ ਇਨਵੋਲਵ ਕੀਤਾ ਗਿਆ ਜਾਂ ਟੀਚਰਸ ਨੂੰ ਜਾਂ ਡਿਪਟੀ ਕਮਿਸ਼ਨਰ MLA ਸਾਹਿਬ, ਇਹ ਸਾਰਿਆਂ ਦੇ ਇੱਕ ਕਰਦਾ ਤਾਂ ਕਿ ਤੁਸੀਂ ਸਾਰੇ ਆਪ ਇਹਦੇ 'ਚ ਅੱਗੇ ਹੋ ਕੇ ਅਤੇ ਬੂਟੇ ਲਾਉਣ ਦੀ ਮੁਹਿੰਮ ਸ਼ੁਰੂ ਕਰੋ ਔਰ ਉਹਦੇ ਬਾਅਦ ਫੋਲੋਅਪ ਰੱਖੋ ਕਿ ਬੂਟਾ ਚੱਲਦਾ ਵੀ ਹੈ ਕਿ ਨਹੀਂ ਚੱਲਦਾ। ਜਿਵੇਂ 550 ਸਾਲਾਂ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਦੇ ਨਾਂ 'ਤੇ ਬੂਟੇ ਜਿਹੜੇ ਪਿੰਡਾਂ 'ਚ ਲਾਏ ਜਾਣ, ਅਤੇ ਇਹ ਹੁਣ ਸਾਡਾ ਫਰਜ਼ ਬਣਦਾ ਕਿ ਗੁਰੂ ਨਾਨਕ ਸਾਹਿਬ ਨੇ ਜਿਵੇਂ ਖੇਤੀ ਕਰਕੇ ਹਰਿਆਲੀ ਨੂੰ ਉਹਨਾਂ ਨੇ ਪਹਿਲ ਦਿੱਤੀ ਸੀ, ਅਤੇ ਅੱਜ ਬਾਬੇ ਨਾਨਕ ਦੇ ਨਾਂ 'ਤੇ ਸਾਨੂੰ ਹਰ ਪਿੰਡ 'ਚ 550 ਬੂਟਾ ਲਾ ਕੇ ਉਹਨਾਂ ਦੇ ਜਿਹੜੇ ਰਸਤਾ ਦੱਸਿਆ ਸੀ ਉਹਦੇ ਚੱਲਣ ਦੀ ਕੋਸ਼ਿਸ਼ ਕਰ ਰਿਹਾ। ਬਹੁਤ ਵਧੀਆ ਹੋ ਰਿਹਾ ਵੀ ਪਿੰਡਾਂ ਦੇ ਵਿੱਚ ਫ੍ਰੀ ਬੂਟੇ ਦਿੱਤੇ ਜਾ ਰਹੇ ਆ, ਲੇਕਿਨ ਰੱਖ ਰਖਾਵ ਨੂੰ ਲੈ ਕੇ ਹਮੇਸ਼ਾ ਚਿੰਤਾ ਪ੍ਰਗਟ ਹੁੰਦੀ ਹੈ। ਦੇਖੋ ਰੱਖ ਰਖਾਅ ਜਿਹੜੀ ਸਰਕਾਰ ਜਿਹੜੀ ਉਹ ਰੱਖ ਰਖਾਅ ਨਹੀਂ ਇਹਨਾਂ ਰੱਖ ਸਕਦੇ ਆਪਾਂ ਸਾਰਿਆਂ ਨੇ, ਇਹ ਸਾਰਾ ਤੁਹਾਡਾ ਵੀ, ਮੈਂ ਵਿੱਚ ਬੋਲਦੇ ਵੀ ਕਿਹਾ ਕਿ ਤੁਹਾਡਾ ਜ਼ਿਆਦਾ ਫਰਜ਼ ਬਣਦਾ ਕਿ ਤੁਸੀਂ ਆਪਣਾ ਜਾ ਕੇ ਚੈਨਲ, ਤੁਸੀਂ ਆਪਣਾ ਕੈਮਰਾ ਲਾ ਕੇ ਜਿਹੜੇ ਪਿੰਡਾਂ 'ਚ ਲੱਗੇ ਨੇ ਕਿਤੇ ਤੁਸੀਂ ਇੱਕ ਦਿਨ ਵੀ ਉਸ ਪਿੰਡ ਦੀ ਫੋਟੋ ਦੇ ਦਿੱਤੀ ਕਿ ਇਸ ਪਿੰਡ ਦੇ ਵਿੱਚ ਮੇਰਾ ਪਿੰਡ ਲਾ ਲਓ, ਧਾਰੋ ਵਾਲੀ ਜਾਂ ਇਹਨਾਂ ਦਾ ਪਿੰਡ ਲਾ ਲਓ ਕਿ ਇਸ ਪਿੰਡ ਦੇ ਵਿੱਚ ਸਰਕਾਰ ਬੂਟੇ ਲਾ ਕੇ ਉਹਦਾ ਧਿਆਨ ਨਹੀਂ ਦਿੱਤਾ ਗਿਆ, ਤਾਂ ਦੂਜੇ ਦਿਨ ਹੀ ਸਾਰੇ ਪਿੰਡਾਂ ਦੇ ਵਿੱਚ ਇਹ ਮੁਹਿੰਮ ਚੱਲ ਰਹੀ। ਨਵਜੋਤ ਸਿੰਘ ਸਿੱਧੂ ਆਪਣਾ ਡਿਪਾਰਟਮੈਂਟ, ਸਿੱਧੂ ਕੋਈ ਡਿਪਾਰਟਮੈਂਟ ਨਹੀਂ ਛੱਡਿਆ, ਉਹਨਾਂ ਦੇ ਡਿਪਾਰਟਮੈਂਟ ਦੀਆਂ ਫਾਈਲਾਂ ਜਾਂਦੀਆਂ ਨੇ, ਇਹ ਡਿਪਾਰਟਮੈਂਟ ਚਾਰਜ ਨਹੀਂ ਲਏ ਜਾਂਦੇ, ਮਿਨਿਸਟਰ ਚਾਰਜ ਨਹੀਂ ਲੈਂਦਾ ਹੁੰਦਾ, ਮਿਨਿਸਟਰ ਕੋਲ ਫਾਈਲ ਆਉਂਦੀ ਆ, ਉਹ ਵੇਖੋ ਕਿ ਫਾਈਲਾਂ ਕੱਢ ਰਹੇ ਕਿ ਨਹੀਂ ਕੱਢ ਰਹੇ, ਚਾਰਜ ਨਹੀਂ ਸਮਾਨਣਾ ਤੇ ਅਸਤੀਫਾ ਦੇ ਦੇ, ਉਹਨਾਂ ਦੀ ਵੱਖਰੀ ਗੱਲ ਹੈ, ਪਰ ਚਾਰਜ ਲਿਆ ਨਹੀਂ ਜਾਂਦਾ, ਇਹ ਡੀਸੀ ਦੀ ਟ੍ਰਾਂਸਫਰ ਆ ਕਿ ਦੂਸਰਾ ਡੀਸੀ ਪਿੰਡ ਨੂੰ ਚਾਰਜ ਦੇ ਕੇ ਜਾਏਗਾ, ਇਹ ਕਰਕੇ ਮਿਨਿਸਟਰ ਤੇ ਡਿਪਾਰਟਮੈਂਟ ਚੇਂਜ ਹੋ ਕੇ ਉਸ ਤਰ੍ਹਾਂ ਚਲਾਏਗਾ। ਬਿਊਰੋ ਰਿਪੋਰਟ, ਆਵਾਜ਼ ਕੌਮ ਟੀਵੀ।